ਹਾਂਜੀ ਸੱਸੀ ਗਾਲ ਦੋਸਤੋ ਨੌਲਜ ਫੈਕਟ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਸਿੱਧੂ ਦਾ ਨਵਾਂ ਗੀਤ ਆਈ ਡੀ ਜੀ ਐਫ ਆ ਚੁੱਕਾ ਹੈ ਦੋਸਤੋ ਸਿੱਧੂ ਦੇ ਇਸ ਗੀਤ ਦਾ ਮਤਲਬ ਤੁਹਾਨੂੰ ਦੱਸਾਂਗੇ ਪਰ ਉਸ ਤੋਂ ਪਹਿਲਾਂ ਤੁਸੀਂ ਆਪਣੇ ਚੈਨਲ ਨੌਲਜ ਫੈਕਟ ਨੂੰ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰ ਲਓ ਤਾਂ ਜੋ ਨਵੀਂ ਅਪਡੇਟਸ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਕਰ ਲਓ ਯਾਰ ਸਬਸਕ੍ਰਾਈਬ ਆਪਣੇ ਚੈਨਲ ਨੂੰ ਚਲੋ ਬਈ ਵੀਡੀਓ ਸ਼ੁਰੂ ਕਰਦੇ ਆਂ ਦੋਸਤੋ ਪਹਿਲਾਂ ਤੁਹਾਨੂੰ ਆਈ ਡੀ ਜੀ ਐਫ ਦਾ ਮਤਲਬ ਦੱਸਾਂਗੇ ਦੋਸਤੋ ਆਈ ਡੀ ਜੀ ਐਫ ਦਾ ਮਤਲਬ ਹੈ ਆਈ ਡੋਂਟ ਗਿਵ ਅ ਫੱਕ ਸ਼ੁਰੂ ਕਰਦੇ ਆਂ ਅੱਗੇ ਵੀਡੀਓ ਦੋਸਤੋ ਇਸ ਗੀਤ ਵਿੱਚ ਸਿੱਧੂ ਕਹਿੰਦਾ ਹੈ ਰੈਡੀਆਂ ਏਕੇ ਦੀ ਕਲਿੱਪ ਵਾਂਗੂ ਵਾਹ ਕਿਆ ਕ੍ਰਿਪ ਵਾਂਗੂ ਇੱਥੇ ਜਿਹੜੇ ਏਕੇ ਦੀ ਗੱਲ ਕੀਤੀ ਹੈ ਉਹ ਏਕੇ 47 ਵੀ ਹੋ ਸਕਦਾ ਹੈ ਤੇ ਇੰਗਲਿਸ਼ ਸਿੰਗਰ ਏਕੇ ਜਿਹਨੂੰ ਤੁਸੀਂ ਦਾ ਰੀਅਲ ਏਕੇ ਦੇ ਨਾਮ ਨਾਲ ਜਾਣਦੇ ਹੋ ਉਹ ਵੀ ਹੋ ਸਕਦਾ ਪਰ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਸਿੱਧੂ ਨੇ ਏਕੇ 47 ਦੀ ਗੱਲ ਕੀਤੀ ਹੈ ਤੇ ਦੋਸਤੋ ਏਕੇ ਦੀ ਕਲਿੱਪ ਦਾ ਮਤਲਬ ਹੈ ਏਕੇ 47 ਦੀ ਮੈਗਜ਼ੀਨ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਏਕੇ 47 ਤਾੜ-ਤਾੜ ਗੋਲੀਆਂ ਮਾਰਦੀ ਆ ਬਸ ਫਿਰ ਉਵੇਂ ਹੀ ਸਿੱਧੂ ਵੀ ਤਾੜ-ਤਾੜ ਗੀਤ ਮਾਰਦਾ ਹੈ ਕੋਈ ਬਹੁਤਾ ਫਰਕ ਨਹੀਂ ਤੇ ਫਿਰ ਕਹਿੰਦਾ ਜੱਟ ਵਾ ਕੇ ਕ੍ਰਿਪ ਵਾਂਗੂ ਦੋਸਤੋ ਕ੍ਰਿਪ ਸਾਊਥ ਅਫਰੀਕਾ ਦੇ ਸਭ ਤੋਂ ਖਤਰਨਾਕ ਗੈਂਗਾਂ ਨੂੰ ਕਿਹਾ ਜਾਂਦਾ ਹੈ ਜੋ ਕਿ ਸਭ ਤੋਂ ਵੱਡੇ ਤੇ ਸਭ ਤੋਂ ਵਾਇਲੈਂਟ ਗੈਂਗ ਨੇ ਇਹ ਗੈਂਗ ਰੋਬਰੀਜ਼ ਤੇ ਮਰਡਰ ਜਈਆਂ ਹਰਕਤਾਂ ਨੂੰ ਅੰਜਾਮ ਦਿੰਦੇ ਹਨ ਦੋਸਤੋ ਸਿੱਧੂ ਨੂੰ ਨਾ ਇਹਦਾ ਸਮਝ ਲਿਓ ਉਹਨੇ ਇਹ ਲੈਣਾ ਵੈਸੇ ਹੀ ਗਈਆਂ ਨਾ ਵੀ ਉਹਨਾਂ ਵਾਂਗੂ ਆ ਪਰ ਅਸਲ ਜਿਨੀ ਹੈਗਾ ਉਹ ਦੋਸਤੋ ਸਿੱਧੂ ਦਾ ਗੀਤ ਚੱਲੀ ਜਾਂਦਾ ਤੁਹਾਨੂੰ ਇਹ ਗੀਤ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਆਪਣੇ ਕਵੈਂਟਾਂ ਦੇ ਆਕੜੇ ਨੂੰ 100 ਤੱਕ ਜ਼ਰੂਰ ਪਹੁੰਚਾਓ ਤੇ ਆਪਣੇ ਚੈਨਲ ਲੌਲਜ ਫੈਕਟ ਨੂੰ ਸਬਸਕ੍ਰਾਈਬ ਵੀ ਕਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ